हे गाइस नमस्ते सत श्री अकाल एंड अस्सलाम वालेकुम। यू आर वाचिंग एजी प्रोडक्शन बीके। मैं हां जिम बुखारी। आज मेरे नाल ने वंशिका। हाय गाइस, दिस इज वंशिका नंटा एंड आई एम फ्रॉम इंडिया चंडीगढ़। और आज से मैं और बेसिकली अजीम हम साथ में वीडियो पे रिएक्ट करेंगे। और आज हम जिस वीडियो पे रिएक्ट करने जा रहे हैं वो है बेसिकली एमी वेव का और निम्रत खैर की और गपशप लाया करांगा। ते अज जिहड़ी आपां मूवी देखण चले आ मेरे तां फेवरेट है ही ने एमी विर्क। इन्हां दी प्रीवियस आपां मूवी दी गल करिए किस्मत मूवी है, उस तों बाद बंबू गार्ड, उस तों बाद निक्का जेलदार, ते आ फैमिली मूवी एक ही रौनक मेला ला के रख दिया ने। ते मैं उस तो वद के मेरी जड़ी फेवरेट विच एक्ट्रेस है ना सरगुन मेहता, यार इन्हां दी किस्मत मूवी तो ये मेरे फैन ने। ठीक है, ते उस तो बाद निम्रत खैड़ा, इन्हां दी ना अखां मैनूं बहुत प्यारियां लगदियां यार। सीरियसली मैं बहुत फैन आ इन्हां दियां अखां दा ना। ते बाकी गाइस वीडियो देखण तों बाद मजीद गपशप लांदे आ ते स्टार्ट करिए वंशिका। तो अगर मैं मुझे तो कुछ बोलने नहीं दिया। हाँ, बोलो सॉरी। वो मैं दरअसल रेगुलर खुद ही अकेला वीडियो बना के ना दरअसल थोड़ा सा हो चुका हूँ, बट आदत पड़ जाएगी। चलो थोड़ा सा अपना भी एमी वीर के बारे में बताओ कि तुम मतलब एमी वीर की मूवीज देखती हो। और हाँ। सही बोलूं मैं भी, मुझे भी निम्रत खैरा और एमी विर्क बहुत ज़्यादा अच्छे लगते हैं। और ये तीनों ही पंजाबी एक्टर और एक्ट्रेस है। अगर हम बात करें एमी विर्क की और और सरगुन मेहता की, इनकी जोड़ी तो लाइक लिटरली जितना इनको इंडिया में प्यार मिलता है सेम उतना ही पाकिस्तान में भी इनको बहुत ज़्यादा प्यार मिलता है। और अगर मैं निम्रत खैरा की बात करूँ तो सीरियसली मुझे वो बहुत ही ज़्यादा प्यारी लगती है। एक तो वो ना जिस वे में वो बोलती भी है वो भी बहुत सुंदर, और माशाल्लाह उनकी आवाज़ भी बहुत ही ज़्यादा खूबसूरत। मुझे मौका मिले उनसे बात करने का तो मैं बहुत ही ज्यादा खुश हो जाऊं कि यार मतलब काश उनसे एक बार मौका मिल सके। एनीहाउ के अभी फिर चल के पहले फिर ट्रेलर देख लेते हैं। मैं दरअसल एक्साइटेड हूँ ट्रेलर देखने के लिए क्योंकि फनी होने वाला है। टीजर से ही लग रहा था कि बहुत फनी ट्रेलर है। लेट्स सी। ओके स्टार्ट करते हैं फिर। ਟੜੀਆਂ ਰਿਪੋਰਟਾਂ ਦੇਖ ਕੇ ਲੱਗਦਾ ਹੈ ਅਜੇ 1% ਚਾਂਸਸ ਹੈਗੇ ਬੱਚਾ ਹੋਣ ਦੇ। ਡਾਕਟਰ ਸਾਹਿਬ 6 ਸਾਲ ਹੋ ਗਏ ਤੁਹਾਨੂੰ ਆਈ ਕਿੰਨੇ ਮਾੜਾ ਮੋਟਾ ਕੋਈ ਪਰਸੈਂਟੇਜ ਥੱਲੇ ਕਰਕੇ ਵੇਖ ਲਓ, ਡੇਢ ਕਰ ਲਓ ਇਹਨੂੰ। ਫਿਕਰ ਨਾ ਕਰ, ਕੁਝ ਨਹੀਂ ਹੁੰਦਾ। ਆਹੀ ਤਾਂ ਫਿਕਰ ਹੈ ਕਿ ਕੁਝ ਨਹੀਂ ਹੁੰਦਾ। ਗੱਲ ਮੰਨ ਲੈ ਮੇਰੀ ਚੰਨ ਮੱਖਣਾ ਤੂੰ ਸਿਰ ਤੇ ਸੇਰੇ, ਤੁਸੀਂ ਮੇਰੀ ਛੋਟੀ ਭੈਣ ਕੇ ਨਾਲ ਦੂਜਾ ਵਿਆਹ ਕਰਾ ਦੇ, ਜੇ ਆਪਣੀ ਲਿਆਵਾਂਗੇ ਘੱਟੋ ਘੱਟ ਮੈਨੂੰ ਮਾਰ ਕੇ ਛਾਂ ਵੀ ਦੱਸ। ਮੈਂ ਕਦੇ ਉਹਨਾਂ ਦੇ ਨਾਲ ਵੇਖੇ ਹੀ ਨਹੀਂਗਾ। ਕੋਈ ਗੱਲ ਨਹੀਂ, ਹੁਣ ਦੇਖ ਲਓ, ਹੁਣ ਦੇਖ ਲਓ ਦੂਜੀ ਨਜ਼ਰ ਨਾਲ। ਨਹੀਂ ਮਤਲਬ ਦੂਜੀ ਸ਼ਾਦੀ ਕਰ ਲੈਂਦੇ। ਅੱਛਾ ਤੇ ਖੁਦ ਹੀ ਬੋਲਾ ਸ਼ਾਦੀ ਕਰਵਾ ਲਈ। ਓਏ ਨਿਮਰਤ ਕਿਹੜਾ ਨਹੀਂ ਦੇ, ਕਿੰਨੀ ਪਿਆਰੀ। ਪ੍ਰਾਹਣਾ ਕੁੱਟਿਆ ਗਿਆ ਪਿੰਡ ਦਾ, ਕੀ ਕਰਦਾ ਆਸ਼, ਕੀ ਕਰਦਾ ਸੀ ਮੇਰੀ ਸਾਲੀ ਆ। ਉਹ ਵੀ ਸਾਲੀ ਪਿੱਛੇ ਹੀ ਸੀ। ਇਹਦੇ ਸਹੁਰੇ ਤੇਰੇ ਜੀਜੇ ਦਾ ਦੂਜਾ ਵਿਆਹ ਕਰਨ ਨੂੰ ਫਿਰਦੇ ਨੇ, ਤੂੰ ਤੇ ਤੇਰਾ ਜੀਜਾ ਮੈਨੂੰ ਹੱਸਦੇ ਖੇਲਦੇ ਬਾਹਲੇ ਸੋਹਣੇ ਲੱਗਦੇ, ਤੇਰਾ ਇੰਨਾ ਵਿਆਹ ਕਰਦੀ ਹੈ ਤੇਰੇ ਜੀਜੇ ਦਾ। ਯਾਰ ਇਹ ਵੀ ਕਿਸਮਤ ਹੈ ਜੀਜੇ ਕੇ ਸਾਥ। ਮੈਨੂੰ ਨਾ ਉਪਰਾ ਉਪਰਾ ਜਿਹਾ ਲੱਗ ਰਿਹਾ ਸੀ, ਮੈਨੂੰ ਆਦਤ ਨਹੀਂ ਕੱਲੇ ਮੈਂ ਅੱਜ ਦੀ ਰਾਤ ਇੱਥੇ ਬੈ ਜਾ। ਓਏ ਤਾਂ ਫਿਕਰ ਹੋ ਗਿਆ ਤੜਕੇ ਦੀ ਭਾਲ ਦੀ ਫਿਰਦੀ ਆ, ਵੱਡੀ ਨਹੀਂ ਦਿੰਦੀ। ਉਹ ਵੀ ਸੁੱਤੀ ਪਈ ਤੇ ਛੋਟੀ ਦੇ ਉਹ ਦਮ ਸੁੱਤੀਆਂ ਪਈਆਂ। ਸ਼ਰਮ ਕਰ ਕੱਪੜੇ ਆਪਾਂ ਮੇਰੀ ਭੈਣ ਕੋਲ ਦੋ ਦਿਨ ਕੱਟੇ ਆਈਏ। ਬੇਬੇ ਉਹ ਤਾਂ ਨਵੀਂ ਆ, ਮੱਝਾਂ ਵੀ ਮੇਰੇ ਹੱਥ ਲੱਗੀਆਂ। ਨਹੀਂ ਜਿਹੜੀਆਂ ਚੀਜ਼ਾਂ ਤੇਰੇ ਹੱਥ ਲੱਗੀਆਂ ਨੇ ਉਹਦੇ ਹੱਥ ਲੱਗ ਜਾਂਦੇ। ਹੁਣ ਜਨਾਨੀ ਨੂੰ ਵੀ ਦੱਸਣਾ ਪਊ ਕੀ ਕਰਨਾ।
ਜ਼ਿੰਦਗੀ ਸਾਡੀ ਜਿਆ ਕੇ ਕੋਲ ਬੰਦਿਆਂ ਨੂੰ ਨਾ ਖਿੱਚ ਕੇ ਰੱਖਣਾ ਪੈਂਦਾ ਬਟਰ ਲੈ ਕੇ ਆਓ ਕੇਕ ਨਾ ਖਵਾਈਏ ਤੈਨੂੰ ਕੇਕ ਆਉਂਦਾ ਓਏ 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 ਇੱਧਰ ਉੱਧਰ ਕੀ ਜਾਂਦਾ ਤੈਨੂੰ ਕਿਹਾ ਤੈਨੂੰ ਯਾਰ ਕਸਮ ਸੇ ਭੈਣੇ ਕਰੇ ਤਾਂ ਬੰਦਾ ਇੱਕ ਦੋ ਲਾਈ ਸਕਦਾ ਹੈ ਉਹ ਤਾਂ ਠੀਕ ਹੈ ਕੱਲੀ ਕੱਲੀ ਨੂੰ ਮਨਾਉਂਦਾ ਫਿਰਦਾ ਪਿੱਛੇ ਪਿੱਛੇ ਐ ਨਹੀਂ ਤੀਵੀਆਂ ਮੰਨਦੀਆਂ ਹੁੰਦੀਆਂ ਓਏ ਅਸੀਂ ਤਾਂ ਚੱਕ ਨੂੰ ਐ ਰੱਖਦੇ ਆ ਉਹ ਤੇਰੇ ਤਾਂ ਦੋ ਐ ਖਿੱਚ ਕੇ ਰੱਖ ਲੈ ਬਈ ਉਸੇ ਬਾਹਰ ਵਾਲੇ ਪੰਪ ਕਰਵਾ ਲੈ ਪੈਰ ਪੈਰ ਦੇ ਬਦਲ ਜਾਣਾ ਖਬਰਦਾਰ ਜੇ ਮੇਰੇ ਮੁੰਡੇ ਨੂੰ ਦਵਾਈ ਦੇ ਕੇ ਜੇ ਮੈਂ ਆਪਦੀ ਆਈ ਤੇ ਆ ਗਈ ਨਾ ਥੋੜੀਆਂ ਗੁੱਤਨੀਆਂ ਕਮਾ ਦੇਣੀਆਂ ਇੱਕ ਜਾਈ ਵੱਡੀ ਗੁੱਤਾ ਕਮਾਉਣ ਵਾਲੀ ਮੈਂ ਪੈਰੀ ਹੱਥ ਲਾ ਕੇ ਚੱਕ ਵੀ ਲੈਣੀ ਆ ਸੰਕਣ ਸੰਕਣੇ ਸੰਕਣ ਸੰਕਣੇ ਚੱਪਣੀ ਚ ਪਾਣੀ ਗੰਡੋਂ ਘੁਮਾ ਚੱਲ ਮਾਰ ਤੂੰ ਮਾਰ ਤੇ ਬਹੁਤ ਠੀਕ ਹੈ ਤੁਸੀਂ ਥੱਕਦੇ ਨਹੀਂ ਲਾ ਲੜਕੇ ਮਾੜਾ ਮੋਟਾ ਕੋਈ ਰੋਟੀ ਪਾਣੀ ਪੁੱਛ ਲਓ ਦੱਸੋ ਦੱਸੋ ਸਰਦਾਰ ਜੀ ਕੀ ਖਾਓਗੇ ਭੁਰਜੀ ਪੁੱਤ ਮੈਂ ਹੁਣੇ ਬਣਾ ਕੇ ਲਿਆਈ ਲੈ ਭੁਰਜੀ ਕਿਹੜੀ ਖਾਣ ਵਾਲੀ ਚੀਜ਼ ਹੈ ਮੈਂ ਬਣਾਉਣੀ ਹੈ ਪਰ ਮੇ ਕਰੇਲੇ ਪਰ ਦੋਨਾਂ ਨੇ ਨਹੀਂ ਬਣਾਣੇ ਦੋਨਾਂ ਨੇ ਨਹੀਂ ਬਣਾਣੇ ਗੱਲਾਂ ਹੀ ਕਰਦੀਆਂ ਨੇ ਆਲੂ ਮਟਰ ਬਣਾਓ ਬੜੇ ਬੜੇ ਬਣਾ ਦਿੰਦਾ ਤੈਨੂੰ ਕੁੰਬਾ ਖਵਾਨੀ ਆ ਕੁੱਕਰ ਕੁੱਕਰ ਵਧਾ ਬੱਕਰਾ ਸਰਦਾਰ ਜੀ ਬੱਕਰਾ ਮੱਸੀ 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 ਕਿੰਡੀ ਰੇ ਸਰਦਾਰ ਜੀ ਸਰਦਾਰ ਹੋ ਗਿਆ ਓਏ ਹੋਏ ਮੁੱਕ ਵੀ ਗਿਆ ਯਾਰ ਓਏ ਯਾਰ बहुत ही ज़्यादा फ़नी वीडियो थी और सबसे ज़्यादा मुझे फ़नी ये चीज़ लगी कि पहले तो वो बेसिकली अपनी बहन की खुद ही शादी करवा देती है उसके साथ और उसके बाद बार बार लड़ रही थी और उसके ज़्यादा मुझे वो भी एक हाँ और उससे ज्यादा फनी मुझे ये पार्ट लगा कि जब वो खाने के लिए लड़ रहे थे तो एक बोलता है कि मैं तुम्हारे बैंगन बनाती हूँ दूसरी बोलती हूँ मैं तुम्हारे करेला बनाती हूँ तीसरी बोलती फिर बोलती हूँ बकरा बनाती हूँ मच्छी बनाती हूँ बहुत ही ज्यादा फनी पार्ट था मेरे लिए और जो वो सांस वाला पार्ट था जहाँ पे वो कहती है कि मैं तुम्हारी गुत पकड़ के मतलब ऐसे हाथ में दे दूंगी वो बोलती कि हिम्मत है तो करके दिखा तो वाला पार्ट भी मुझे बहुत ही ज्यादा फनी लगा हालांकि लाइक मैं पंजाबी नहीं बोलती लेकिन मुझे बहुत ही अच्छे से समझ आती तो मुझे बिल्कुल अच्छे से ट्रेलर अच्छे से समझ आया और इसमें जो बीच में गाने लगाया था कि सौकने सौकने वाला वो भी मुझे बहुत ज़्यादा फनी लगा प्लीज कमेंट करके जरूर बताना कि तुम्हारा फेवरेट पार्ट कौन सा था और तुम क्या पंजाबी मूवीज़ या फिर उनके लिए ट्रेलर देखते हो और टू बी ऑनेस्ट मैं कभी भी पंजाबी मूवीज़ देखने के लिए इतना एक्साइटेड नहीं रहती हूँ लेकिन इस मूवी को देखने के लिए मैं बहुत ज़्यादा एक्साइटेड हूँ और ये शायद 20th May को इट इज़ गोइंग टू बी रिलीज ऑन 20th May तो मैं उसके लिए बहुत ज़्यादा एक्साइटेड हूँ एंड डेफिनेटली आई एम गोना वॉच इट यस बिल्कुल ਤੁਸੀਂ ਜਿੰਨਾ ਕੁ ਇੰਟਰੋ ਦੇ ਦਿੱਤਾ ਆਈ ਥਿੰਕ ਮੈਨੂੰ ਏਡੀ ਐਕਸਪਲੇਨੇਸ਼ਨ ਕਰਨ ਦੀ ਲੋੜ ਹੀ ਕੋਈ ਨਹੀਂ ਕਿ ਮਤਲਬ ਸਾਰੇ ਮੇਨ ਮੇਨ ਪੁਆਇੰਟ ਤੁਸੀਂ ਚੁੱਕ ਕੇ ਸਾਹਮਣੇ ਆਡੀਅੰਸ ਅੱਗੇ ਰੱਖ ਦਿੱਤੇ ਆ ਤੇ ਬਟ ਮੇਰੇ ਲਈ ਐਕਸਾਈਟਿਡ ਮੈਂ ਦਰਅਸਲ ਇੱਕ ਤਾਂ ਨਾ ਮੈਂ ਜਦੋਂ ਨਿਮਰਤ ਖੇੜਾ ਦੀ ਇੰਟਰੀ ਹੋਈ ਨਾ ਮੇਰੇ ਮਤਲਬ ਕਿ ਚੀਕਸ ਉਂਝੇ ਰੈੱਡ ਹੋਣ ਵਾਲ ਲੱਗ ਗਏ ਸੀਗੇ ਮਤਲਬ ਮੇਰੇ ਸਮਾਈਲ ਆਉਣ ਲੱਗ ਗਈ ਹੈ ਉਸ ਤੋਂ ਬਾਅਦ ਨਾ ਮੇਰੇ ਮਾਈਂਡ 'ਚ ਇੱਕ ਕੁਐਸਚਨ ਸੀਗਾ ਕਿ ਯਾਰ ਦੂਸਰੀ ਸ਼ਾਦੀ ਕਰਨ ਦੀ ਲੋੜ ਕੀ ਪਈ ਮਤਲਬ ਕਿ ਜਾਂ ਤਾਂ ਪਹਿਲੀ ਸ਼ਾਦੀ ਤੋਂ ਲਾਈਕ ਜਵਾਬ ਨਹੀਂ ਹੁੰਦਾ ਹੋਣਾ ਹੈ ਨਾ ਜਾਂ ਤਾਂ ਫਿਰ ਉਸ ਤੋਂ ਬਾਅਦ ਮਤਲਬ ਕਿ ਕੋਈ ਰੀਜ਼ਨ ਜ਼ਰੂਰ ਹੋਣਾ ਕਿ ਦੂਸਰੇ ਹੀ ਮਤਲਬ ਉਹਦੀ ਸਿਸਟਰ ਨਾਲ ਸ਼ਾਦੀ ਕਰ ਲਈ ਆ ਤੇ ਸ਼ਾਦੀ ਤਾਂ ਚਲੋ ਕਰ ਲਈ ਆ ਉਸ ਤੋਂ ਬਾਅਦ ਮਤਲਬ ਕਿ ਜਿਹੜਾ ਫਨੀ ਪਾਰਟ ਸੀਗਾ ਕਿ ਇੱਕੋ ਹੀ ਕਮਰੇ ਦੇ ਵਿੱਚ ਦੋਵੇਂ ਸੁੱਤੀਆਂ ਪਈਆਂ ਸੀ ਉਹਦੀ ਅੰਮਾ ਆ ਕੇ ਕਹਿੰਦੀ ਕਿ ਛੋਟੀ ਕਿੱਥੇ ਆ ਵੱਡੀ ਕਿੱਥੇ ਉਹ ਕਹਿੰਦਾ ਜੀ ਉਹ ਦੋਵੇਂ ਸੁੱਤੀਆਂ ਪਈਆਂ ਤੇ ਉਹ ਵੀ ਫਨੀ ਪਾਰਟ ਸੀਗਾ ਤੇ ਦੂਸਰਾ ਲਾਈਕ ਕਿ ਪੂਰੇ ਟ੍ਰੇਲਰ 'ਚ ਨਾ ਕਿੱਥੇ ਵੀ ਨਹੀਂ ਲੱਗਾ ਕਿ ਯਾਰ ਤੁਸੀਂ ਬੋਰ ਹੋਣੇ ਆ ਮਤਲਬ ਕਿ ਸਾਰੇ ਟ੍ਰੇਲਰ ਮੈਂ ਆਪ ਨਾ ਮਤਲਬ ਕਿ ਕਹਿ ਹੀ ਨਹੀਂ ਸਕਤੇ ਕਿ ਯਾਰ ਬੋਰੀਅਤ ਵਾਲਾ ਕੋਈ ਸੀਨ ਹੈ ਨਾ ਤੇ ਇਸ ਕਰਕੇ ਮਤਲਬ ਮੈਂ ਐਕਸਾਈਟਿਡ ਆ ਮੂਵੀ ਦੇਖਣ ਲਈ ਵੀ ਤੇ ਹੋਪਸ ਹੋ ਕਿ ਤੁਹਾਨੂੰ ਵੀ ਵੀਡੀਓ ਪਸੰਦ ਆਈ ਹੋਏਗੀ ਅਗਰ ਵੀਡੀਓ ਤੁਹਾਨੂੰ ਪਸੰਦ ਆਈ ਆ ਤੇ ਕਮੈਂਟ 'ਚ ਜ਼ਰੂਰ ਤੁਸੀਂ ਦੱਸਣਾ ਕਿ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਆ ਕਿਵੇਂ ਦੀ ਵੀਡੀਓ ਤੁਹਾਨੂੰ ਲੱਗੀ ਆ ਤੇ ਸਾਨੂੰ ਵੀ ਮਤਲਬ ਕਿ ਇੱਕ ਹੌਸਲਾ ਮਿਲਦਾ ਕਿ ਹਾਂ ਯਾਰ ਤੁਹਾਨੂੰ ਵੀਡੀਓ ਅੱਛੀ ਲੱਗੀ ਆ ਹੋਪਸ ਹੋ ਗਾਈਸ ਤੁਸੀਂ ਵੀਡੀਓ ਇੰਜੋਏ ਕੀਤੀ ਹੋਏਗੀ ਅਗਰ ਵੀਡੀਓ ਇੰਜੋਏ ਕੀਤੀ ਆ ਤੇ ਕਮੈਂਟ 'ਚ ਜ਼ਰੂਰ ਦੱਸਣਾ ਤੇ ਵਨ ਮੋਰ ਥਿੰਗ ਵੰਸ਼ਿਕਾ ਦਾ ਚੈਨਲ ਮੈਂ ਡਿਸਕ੍ਰਿਪਸ਼ਨ 'ਚ ਮੈਂਸ਼ਨ ਕਰ ਰਿਹਾ ਇਹਨਾਂ ਦਾ ਆਪਣਾ ਇੱਕ ਯੂਟਿਊਬ ਚੈਨਲ ਵੀ ਹੈ ਜਿੱਥੇ ਵੀ ਡੇਲੀ ਬੇਸ 'ਚ ਵੀਡੀਓਜ਼ ਪਾਉਂਦੇ ਰਹਿੰਦੇ ਨੇ ਤੁਸੀਂ ਮਸਤ ਜਾ ਕੇ ਇਹਨਾਂ ਦੇ ਚੈਨਲ ਨੂੰ ਵਿਜ਼ਿਟ ਕਰਨਾ ਤੇ ਸਬਸਕ੍ਰਾਈਬ ਵੀ ਕਰਨਾ ਤੇ ਹੋਪਸ ਹੋ ਤੁਸੀਂ ਇੰਜੋਏ ਕੀਤਾ ਹੋਏਗਾ ਤੇ ਕਾਇੰਡਲੀ ਯਾਰ ਸਬਸਕ੍ਰਾਈਬ ਚੈਨਲ ਜ਼ਰੂਰ ਕਰ ਦੇਣਾ ਥੈਂਕ ਯੂ ਸੋ ਮਚ ਟੇਕ ਕੇਅਰ ਅੱਲਾ ਹਾਫਿਜ਼ ਵੰਸ਼ਿਕਾ ਤੁਸੀਂ ਵੀ ਫਿਰ